Hello, we are from Volt Delivery. We are outside. Just a minute. We don't know the house because गप बहुत तगड़े सेट दे आ लोग बाले तगड़े गप मार दे ਆ ਲੈ ਆਈ ਖਾਣ ਨੂੰ ਲੈ ਆਈ ਓਏ ਲੈ ਆਈ ਸਿੱਪੋ ਵਿੱਚ ਚਿਕਨ ਤੇ ਆਲੂ ਫਰਾਈਜ਼ ਸਾਰਾ ਕੁਝ ਹੁੰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਂ ਕੀ ਵੱਖਰੀ ਗੱਲਬਾਤ ਹੈ ਤੇ ਵੱਖਰੀ ਗੱਲਬਾਤ ਵਾਲਾ ਮੁੰਡਾ ਆਉਂਦਾ ਪਿਆ ਆ ਅੱਜ ਤੁਹਾਨੂੰ ਵਲੌਗ 'ਚ ਦਿਖਾਵਾਂਗੇ ਆਪਾਂ ਕਿ ਉਹ ਇਨਫੋਰਮੇਸ਼ਨ ਜ਼ਿਆਦਾ ਦਿੰਦਾ ਪਰ ਆਪਾਂ ਦਿਖਾਵਾਂਗੇ ਅੱਜ ਕਿ ਕਿੱਦਾਂ ਘੁੰਮਿਆ ਫਿਰਿਆ ਜਾ ਸਕਦਾ ਕਿਹੜੀ ਕਿਹੜੀ ਜਗ੍ਹਾ 'ਤੇ ਤੁਸੀਂ ਜਾ ਸਕਦੇ ਹੋ ਜਿੱਥੇ ਤੁਹਾਡੇ ਮਨ ਨੂੰ ਸ਼ਾਂਤੀ ਮਿਲੇ ਅਤੇ ਕਿੱਦਾਂ ਦਾ ਮਾਹੌਲ ਹੁੰਦਾ ਬਾਹਰਲੇ ਮੁਲਕਾਂ ਦਾ ਤੁਹਾਨੂੰ ਅੱਜ ਸਭ ਕੁਝ ਦੱਸਦੇ ਹਾਂ ਅਤੇ ਬਾਕੀ ਬਣੇ ਰਹੋ ਜੀ ਆਉਂਦਾ ਮੁੰਡਾ ਆ ਰਿਹਾ ਮੈਂ ਉਹਨੂੰ ਝੂਠ ਬੋਲਿਆ ਹੋਇਆ ਕਿ ਮੈਂ ਘਰੋਂ ਤੁਰ ਪਿਆ ਹਾਂ ਕਾਫੀ ਟਾਈਮ ਦਾ ਝੂਠ ਬੋਲਿਆ ਹੋਇਆ ਕਿ ਮੈਂ ਘਰੋਂ ਤੁਰ ਪਿਆ ਹਾਂ ਅਤੇ ਮੈਂ ਹਜੇ ਘਰੋਂ ਹੁਣੇ ਹੀ ਤੁਰਿਆ ਹਾਂ ਅਤੇ ਆ ਰਿਹਾ ਰਸਤੇ 'ਚ ਉਹ ਵੀ ਝੂਠ ਹੀ ਬੋਲਦਾ ਹੁੰਦਾ ਵੈਸੇ ਕਿ ਮੈਂ ਪਹੁੰਚ ਗਿਆ ਤੂੰ ਕਿੱਥੇ ਆ ਤੂੰ ਪਹੁੰਚਿਆ ਨਹੀਂ ਅਤੇ ਆ ਗਿਆ ਜੀ ਵੱਖਰੀ ਗੱਲਬਾਤ ਵਾਲਾ ਮੁੰਡਾ ਦੇਖੋ ਬਣਿਆ ਪੂਰਾ ਸਟੰਟਮੈਨ ਕਿ ਨਹੀਂ ਸੋਹਣੇ ਕੱਪੜੇ ਸੋਹਣੇ ਕੱਪੜੇ ਪਾ ਕੇ ਆਇਆ ਮੁੰਡਾ ਪਾ ਬੱਠਲ ਵਰਗਾ ਹੈਲਮਟ ਸਿਰ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਵਾਗਤ ਆ ਤੁਹਾਡਾ ਚੈਨਲ ਦੇ ਉੱਪਰ ਅਤੇ ਪਹਿਲਾਂ ਹੀ ਕਰਤਾ ਹੈ ਤੂੰ ਸਵਾਗਤ ਸਵਾਗਤ ਪਹਿਲਾਂ ਹੀ ਕਰਦੀ ਸਹੀ ਆ ਅਤੇ ਚਲੋ ਆਪਾਂ ਚੱਲਦੇ ਹੁਣ ਉੱਦਾਂ ਹੀ ਅੱਜ ਘੁੰਮਣ ਫਿਰਨ 'ਤੇ ਵਲੌਗ ਬਣਾਉਂਦੇ ਹਾਂ ਥੋੜ੍ਹਾ ਜਿਹਾ ਤੇਲ ਦੀ ਟੈਂਕੀ ਅੱਧੀ ਹੈਗੀ ਆ ਹੈਨਾ ਅਤੇ ਕਿੱਧਰ ਚੱਲੀਏ ਫਿਰ ਆਪਾਂ ਹੁਣ ਜਿੰਨਾ ਤੇਲ ਵੱਧ ਪਵਾ ਦਿਉ ਉਨਾ ਜ਼ਿਆਦਾ ਪੀਂਦਾ ਵਾ ਜਿੰਨਾ ਘੱਟ ਹੋਵੇ ਉਨਾ ਹੀ ਘੱਟ ਪੀਂਦਾ ਓਏ ਪਾਵਰ ਬੈਂਕ ਲੈ ਕੇ ਆਇਆ ਬੰਦੇ ਡਿਲੀਵਰੀਆਂ ਦੇ ਨਾਲ ਉਹ ਨਾਲ ਚੱਲ ਰਹੇ ਨੇ ਮਾਹੌਲ ਦੇਖ ਲਓ ਜੀ ਮਾਲ ਦਾ ਮਾਹੌਲ ਮਾਲ ਦਾ ਮਾਹੌਲ ਕੁਛ ਨਹੀਂ ਹੈਗਾ ਇੱਕੋ ਹੀ ਮਾਹੌਲ ਆ ਮਾਲ ਦੇ ਵਿੱਚ ਜਿਹੜਾ 10 ਸਾਲਾਂ ਤੋਂ ਚੱਲਦਾ ਆ ਰਿਹਾ ਉੱਥੇ ਹੀ ਪੈਰ ਘਸਾਦੀ ਦੇ ਬੂਟਾਂ ਦੇ ਤਲੇ ਘਸ ਗਏ ਇੱਥੇ ਖੇਡ ਖੇਡ ਕੇ ਇੰਨੀ ਕੁ ਜਗ੍ਹਾ ਜੋ ਵੀ ਸਾਨੂੰ ਕੰਮ ਹੋਵੇ ਨਿੱਕਾ ਜਿਹਾ ਵੀ ਕੰਮ ਹੋਵੇ ਚਲੋ ਮਾਲ 'ਚ ਪਾਣੀ ਦੀ ਬੋਤਲ ਲਿਆਉਣੀ ਹੋਵੇ ਮਾਲ 'ਚ ਦੁੱਧ ਲਿਆਉਣਾ ਹੋਵੇ ਮਾਲ 'ਚ ਹੈਂ ਬਿਸਕੁਟ ਲਿਆਉਣੇ ਹੋਏ ਲਾਗੇ ਮਾਰਕੀਟ ਹੈਗੀ ਨਹੀਂ ਮਾਲ 'ਚ ਮਾਲ ਤੋਂ ਬਿਨਾਂ ਮਾਲ 'ਚ ਬਹੁਤ ਵਧੀਆ ਚੀਜ਼ਾਂ ਮਿਲਦੀਆਂ ਹੈ ਭਰਾਵਾ ਮਾਲ ਮਾਲ ਥੋੜ੍ਹੀ ਆ ਮਾਲ ਤਾਂ ਸੁਪਰ ਮਾਰਕੀਟ ਆ ਡਿਲੀਵਰੀ ਦਿਖਾਈ ਕਿੱਥੋਂ ਦੀ ਆ ਓਕੇ ਓਕੇ ਬ੍ਰੋ ਅਤੇ ਤੂੰ ਹੁਣ ਕੀ ਬੇਸਣ ਦੀ ਕੜੀ ਔਡਰ ਕੀਤੀ ਆ ਲੈ ਕੇ ਆਉਂਦੇ ਹਾਂ ਫਿਰ ਚੱਲਦੇ ਹਾਂ ਬਾਹਰ ਨੂੰ ਤੁਹਾਨੂੰ ਗਲੀਆਂ ਘੁਮਾਉਂਦੇ ਹਾਂ ਪਿੰਡ ਦੀਆਂ ਮਾਲ 'ਚ ਵਾਹਵਾ ਭੀੜ ਆ ਅੱਜ ਮੁੰਡਾ ਖਾਣ ਪੀਣ ਨੂੰ ਚੱਕੀ ਆਉਂਦਾ ਚੱਲਿਆ ਆ ਜੀ ਚੱਲਾ ਝੋਟਾ ਕੱਟਾ ਕੋਈ ਖਾਣ ਨੂੰ ਲੈ ਕੇ ਆਉਣ ਲੱਗਾ ਸਾਡੇ ਲਈ ਲਿਆਊਗਾ ਕੁਛ ਹੁਣ ਕੀ ਕਰਨ ਲੱਗ ਗਿਆ ਇਹ ਆਏ ਲੈਂਦੀਆਂ ਫਰੈਂਚ ਫਰਾਈਆਂ ਲੈਂਦੀਆਂ ਚਲੋ ਯਾਰ ਦਾਦੀਆਂ ਫਰੈਂਚ ਫਰਾਈਆਂ ਭਰਾਵਾ ਡਿਲੀਵਰੀ ਲਾ ਰਹੇ ਹਾਂ ਜੀ ਅਸੀਂ ਡਿਲੀਵਰੀ ਨਹੀਂ ਨਹੀਂ ਡਿਲੀਵਰੀ ਲਾ ਰਹੇ ਹਾਂ ਕੁਛ ਨਹੀਂ ਖਾ ਰਹੇ ਭੁੱਖੇ ਫਿਰਦੇ ਹਾਂ ਸਵੇਰ ਤੋਂ ਅਸੀਂ ਮਟਰਾਂ ਵਾਲੀ ਦਾਲ ਖਾਧੀ ਆ ਅਸੀਂ ਵਲੌਗ ਬਣਾਉਂਦੇ ਬਣਾਉਂਦੇ ਡਿਲੀਵਰੀਆਂ ਲਾ ਲਏ ਹਾਂ ਨਾਲ ਨਾਲ ਵਲੌਗ ਨਾਲ ਨਾਲ ਕੰਮ ਦੋਵੇਂ ਕੰਮ ਖਿੱਚੇ ਹੋਏ ਆ ਬਹੁਤ ਮਿਹਨਤੀ ਹਾਂ ਅਸੀਂ ਦੇਖੋ ਜੀ ਮਾਹੌਲ ਬਾਹਰਲੇ ਮੁਲਕਾਂ ਦਾ ਮਾਹੌਲ ਸੜਕਾਂ ਦੇਖ ਲਓ ਉੱਦਾਂ ਹੀ ਖੱਡੇ ਜਿੱਦਾਂ ਇੰਡੀਆ ਹੁੰਦੇ ਆ ਉੱਦਾਂ ਦੇ ਡਰਾਈਵਰ ਆ ਕੱਟ ਮਾਰਦੇ ਆ ਨਾਲ ਹੀ ਪਿਛਲਾ ਬੰਦਾ ਸੁੱਟਣ ਦੀ ਕੋਸ਼ਿਸ਼ ਕਰਦੇ ਆ ਵਾਲਾਂ ਦੀ ਕਿਆ ਹਾਲਤ ਹੋ ਗਈ ਆ ਹੈਲਮਟ ਪਾ ਪਾ ਕੇ ਇੰਡੀਆ ਕਦੀ ਪਾਇਆ ਨਹੀਂ ਇੱਥੇ ਵਾਲਾਂ 'ਚ ਗੰਜ ਪੈ ਗਿਆ ਉਹ ਸਿਰ 'ਚ ਗੰਜ ਪੈ ਗਿਆ ਵਾਲ ਝੜ ਗਏ ਸਾਰੇ ਆਹ ਦੇਖੋ ਜੀ ਇੰਨੀ ਭੁੱਖ ਓਏ ਹੋਏ ਹੋਏ ਇੰਨੀ ਭੁੱਖ ਲੱਗੀ ਹੋਈ ਆ ਭੁੱਖ ਬਹੁਤ ਲੱਗੀ ਆ ਲਫਾਫੇ ਲਫਾਫੇ ਪਰ ਆਪਣਾ ਕੁਛ ਨਹੀਂ ਆ ਆਹ ਸਾਰੇ ਲਫਾਫੇ ਹੋਣੇ ਦੋਵਾਂ ਮਿੰਟਾਂ 'ਚ ਚੱਲ ਮੋੜੋ ਗੱਡੀ ਬਹਿ ਜਾ
खतरनाक आना रूल मैं मनना नहीं चाहता धक्के ना बनाते आनी पैनी है डिलीवरी गैप घट दिया कर ये फोन ते हुण हेलो ब्रो इज द डिलीवरी फॉर द ऑलरेडी यस ग्रेजी ग्रेजी डिलीवरी दे के आऊगा हुण दे के आऊगा मुंडा डिलीवरी बाकी इदां ही आ बाहरले मुल्कां दे काम सवेर दिन चढ़दा आ कम्मां ते निकल जीदा शाम नूं आईदा घरे एक टाइम रोटी खाई दी आ बुल्लां ते सिकरी आई पई आ पर स्वाद आ रहा है कैमरे की बैटरी लो आ थोड़े टाइम तक चार्ज लावे मुंडा 50 रुपये ले आया लुटेरा झोटा 50 रुपये ले आया टिप कहना मैं लैनी नहीं वो कहती मैं देनी देनी है ले आया मुंडा शाबाश किन्ने किन्ने बुढ़ी ने किन्ने देते We don't know the house because we are outside the location. Bye. Quiet chali janda yaar. Sunny da bhi task pura ho gaya hai. Kivein da lagya ji thonu delivery karke ajj? Oh, eh pehli vari thodi kiti ha. India vi karde rahe ho? Ha, India mein Zomato ch siga malik siga. Achha. Manager si. ਜਦੋਂ ਸਟਾਰਟ ਕਰਨਾ ਪੈਂਦਾ ਫਿਰ ਔਖਾ ਹੁੰਦਾ ਥੋੜ੍ਹਾ ਜਿਹਾ ਪਰ ਠੀਕ ਆ ਗਲੀਆਂ ਗੁਲੀਆਂ ਸਾਨੂੰ ਸਾਰੀਆਂ ਪਤਾ ਅੱਖਾਂ ਵਿੱਚ ਕੇ ਲੰਘ ਜੀਦਾ ਗੱਪ ਬਹੁਤ ਤਗੜੇ ਸੈੱਟ ਦੇ ਆ ਲੋਕ ਬਾਲੇ ਤਗੜੇ ਗੱਪ ਮਾਰਦੇ ਇੱਧਰ ਦਿਖਾਓ ਨਾੜ ਇੰਡੀਆ ਭਾਵੇਂ ਡੱਕਾ ਨਾ ਤੋੜਿਆ ਹੋਵੇ ਨਾੜ ਨਾੜ ਲੰਮਾ ਪਿਆ ਦੇਖ ਲਓ ਇਹਨਾਂ ਮੂੰਹ 'ਚੋਂ ਇਹਨਾਂ ਦੇ ਥੁੱਕ ਨਹੀਂ ਰੁਕਦਾ ਸ਼ਾਂਤ ਪਿਆ ਵਾ ਇਸ ਦੁਪਹਿਰ ਦਾ ਮਾਹੌਲ ਆ ਦੁਪਹਿਰ ਦਾ ਸਮਾਂ ਆਹ ਦੇਖ ਲਓ ਇਹਨਾਂ ਨੇ ਕੋਈ ਝਾੜੀ ਨਹੀਂ ਕੱਢੀ ਓਏ ਇੱਥੇ ਦਿਹਾੜੀ ਲਾ ਜਾਂਦੇ ਹੋਏ ਆਪਾਂ ਇੱਕ ਓਏ ਮਜ਼ਾਕ ਦੀ ਗੱਲ ਨਹੀਂ ਆਹ ਵੱਡਨ ਦੇ 50-60 ਯੂਰੋ ਮਿਲ ਜਾਂਦੇ ਆਪਣੇ ਇੱਥੇ ਪੰਜਾਬੀ ਆ ਵੀ ਵਿਚਾਰੇ ਕੰਮ ਕਰਕੇ ਪੈਸੇ ਕਮਾਉਂਦੇ ਆ ਸਾਫ਼ ਕਰ ਦਿੰਦੇ ਆ ਹਨਾ ਤੇ ਆਪਣੇ ਇੰਡੀਆ ਵੱਲ ਤਾਂ ਇਹਨੂੰ ਸ਼ਰਮ ਮੰਨਦੇ ਆ ਇੱਥੇ ਦਿਹਾੜੀ ਮਿਲੇ 30 ਯੂਰੋ ਦੀ ਦੇਖਿਓ ਕਿਵੇਂ ਆ ਸਾਫ਼ ਹੋ ਜਾਂਦਾ ਸਾਰਾ ਕੁਛ ਪਤਾ ਵੀ ਨਹੀਂ ਲੱਗਣਾ ਇੱਥੇ ਗੰਦ ਸੀਗਾ ਲਾ ਕੇ ਡਿਲੀਵਰੀਆਂ ਡੁਲਵਰੀਆਂ ਲਾ ਤਾ ਪਾਰਕਿੰਗ 'ਚ ਆਪਾਂ ਸਕੂਟਰੀ ਨੂੰ ਆ ਬਹਿ ਗਿਆ ਠੰਡਾ ਜਿਹਾ ਹੋ ਕੇ ਇੰਨੀ ਕੁ ਕੰਪੈਸਿਟੀ ਆ ਬਸ ਨਹੀਂ ਨਹੀਂ ਕੰਪੈਸਿਟੀ ਜੇ ਹੋਰ ਆਉਂਦੀ ਮੈਂ ਨਾ ਤੁਹਾਡੀ ਜੂਸ ਆ ਪੀਏ ਜੂਸ ਪੀਣਾ ਜੂਸ ਜੂਸ ਮੰਗਾਇਆ ਸੰਨੀ ਨੇ ਪਾਣੀ ਪੀਣ ਜੋਗੇ ਪੈਸੇ ਨਹੀਂ ਹੋਣੇ ਅਜੇ ਉਹ 'ਚ ਪਾਣੀ ਪੂਣੀ ਮੰਗਾ ਤੂੰ ਜੂਸ ਜਾਸ ਕੀ ਕਰਨਾ ਹੁਣ ਆਪਾਂ ਇੱਥੇ ਥੋੜ੍ਹਾ ਜਿਹਾ ਆਏ ਸੀਗੇ ਕਿਉਂਕਿ ਮਹਿਮਾਨ ਦੀ ਬ੍ਰੇਕ ਹੋਣ ਵਾਲੀ ਆ ਅਤੇ ਉਹਨੂੰ ਉਹਦੇ ਤੋਂ ਕੁਛ ਔਡਰ ਕਰਾਇਆ ਸੀਗਾ ਆਪਾਂ ਖਾਣ ਨੂੰ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਕੀ ਆਉਂਦਾ ਇੱਥੋਂ ਦਾ ਖਾਣਾ ਪੀਣਾ ਦਿਖਾਉਂਦੇ ਹਾਂ ਤੁਹਾਨੂੰ ਅੱਜ ਰੋਟੀ ਜੀ ਹੁੰਦੀ ਆ ਡਬਲ ਰੋਟੀ ਦੇ ਵਿੱਚ ਚਿਕਨ ਜਿਹਾ ਭਰ ਕੇ ਦੇ ਦਿੰਦੇ ਆ ਇਹ ਚੱਲ ਪੀਣ ਨੂੰ ਲੈ ਕੇ ਆਉਂਦੇ ਹਾਂ ਕੁਛ ਖਾਂਦੇ ਖਾਂਦੇ ਪੀਵਾਂਗੇ ਹਾਂ ਉਹ ਸਾਹਮਣੇ ਦੁਕਾਨ ਆ ਗਈ ਆ ਇੱਥੋਂ ਦੀਆਂ ਦੁਕਾਨਾਂ ਨੂੰ ਦੁਕਾਨ ਨਹੀਂ ਕਹਿੰਦੇ ਕਿਓਸਕ ਕਹਿੰਦੇ ਆ ਕੀ ਕਹਿੰਦੇ ਆ ਕਿਓਸਕ 7-11 ਕਿਓਸਕ ਹਾਂ ਪਰ ਇਹ 7-11 ਆ 7-11 ਵਜੇ ਤੱਕ ਕਿਓਸਕ ਆ ਇਹ 7-11 ਹੈਲੋ 2 ਕੌਫੀਆਂ ਕੌਫੀ ਪੀਵਾਂਗੇ ਅੱਜ ਆ ਬੜੀ ਘੈਂਟ ਹੁੰਦੀ ਆ ਮਿੱਠੀ ਮਿੱਠੀ ਹੁੰਦੀ ਆ ਇਹ ਅੱਜ ਸਾਡਾ ਕਾਸ਼ਦੀਪ ਕੌਫੀ ਪੀਊਗਾ ਹੈਲੋ ਥੋੜ੍ਹੇ ਦਿਨ ਪਹਿਲਾਂ ਆਹ ਇੱਥੇ ਡਿੱਗਿਆ ਪਿਆ ਸੀ ਇੱਥੇ ਪਵਿੱਤਰ ਧਰਤੀ 'ਤੇ ਮੈਂ ਲੰਮਾ ਪਿਆ ਹੋਇਆ ਸੀਗਾ ਇੱਥੇ ਵੱਜਿਆ ਅਤੇ ਮੈਨੂੰ ਫੋਨ ਲਾ ਕੇ ਕਹਿੰਦਾ ਭਾਅ ਜੀ ਮੈਂ ਡਿੱਗ ਗਿਆ ਵਾਂ
ਮੈਂ ਫਿਰ ਡਿੱਗ ਗਿਆ ਕੀ ਕਰਦਾ ਉੱਠ ਕੇ ਘਰੇ ਆ ਜਾ ਕੀ ਹੋ ਗਿਆ ਕਹਿੰਦਾ ਗੋਡਾ ਛਿੱਲਿਆ ਗਿਆ ਮੇਰਾ ਗੋਡਾ ਹਜੇ ਵੀ ਲੰਗ ਮਾਰ ਕੇ ਤੁਰੀਦਾ ਜੀ ਕਦੇ ਕਦੇ ਤੇਲ ਡੁੱਲਿਆ ਹੋਇਆ ਸੀਗਾ ਸੜਕ ਤੇ ਸੜਕ ਤੇ ਮੈਨੂੰ ਲੱਗਾ ਪਾਣੀ ਹੈ ਮੈਂ ਭਜਾਉਂਦਾ ਆਇਆ ਮੈਂ ਕੱਟਿਆ ਮੋੜ ਨਾਲ ਹੀ ਮਤੋਰਾ ਬੰਦਾੜਾ ਪੁੱਜੇ ਨੂੰ ਹੈਲੋ ਹੈਲੋ ਹਾਂਜੀ ਕਿਧਰ ਹੈ ਮੈਂ ਨਹੀਂ ਆ ਰਹਾ ਹਾਂ ਅੱਜ ਮੈਂ ਨਹੀਂ ਆ ਰਹਾ ਹਾਂ ਮੈਨੂੰ ਬੋਲਾ ਅੱਜ ਨਹੀਂ ਆ ਰਹਾ ਹਾਂ ਆ ਲੈ ਆਈ ਖਾਣ ਨੂੰ ਲੈ ਆਈ ਓਏ ਲੈ ਆਈ ਅਸੀਂ ਭੁੱਖੇ ਤੇ ਆਏ ਬੈਠੇ ਹੋਏ ਆ 10 ਦਿਨਾਂ ਤੋਂ ਕੀ ਕਰਦੇ ਹੋ ਭੁੱਖਵਾਸ ਕੀ ਹੈ ਇਹ ਖਾਣੇ ਕੋ ਸਬਲਾ ਕੀ ਹੈ ਇਹਦੇ ਵਿੱਚ ਚਿਕਨ ਤੇ ਆਲੂ ਫਰਾਈਜ਼ ਸਾਰਾ ਕੁਝ ਹੁੰਦਾ ਡਾਲੂਗਾ ਸਾਰਾ ਬਲੌਗ ਡਾਲਣਾ ਮੇਰੇ ਕੋ ਰੋਟੀ ਪਾਣੀ ਹੋ ਗਿਆ ਸਾਡਾ ਸਾਰਾ ਚੱਲ ਹੈ ਹੈਲੋ ਹੈਲੋ ਬ੍ਰਦਰ ਸਹੀ ਕਰਾ ਸਕਦੇ ਹਾਂ ਇਹ 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 ਆ ਰਹੇ ਹਨ ਆ ਰਹੇ ਹਨ ਸੈਂਟਰ ਦਾ ਵੀ ਸਹੀ